ਬਖਸ਼ਾਂ ਮੈਨੂੰ ਆਸਰੇ ਰੱਬ ਜਬਾਰ ਦੇ ਜ਼ਿਕਰ ਮੈਨੂੰ ਦਿਨ ਦਾ ਯਾਦ ਆਇਆ ਪੀਰ ਇਮਾਮ ਹੁਸੈਨ ਨਾਰਾਇਣ ਸੁਹਾਲੀ ਦੇ ਰਲ ਕੇ ਵਗਿਆ ਜਾਂਦਾ ਆਈ ਮਦੀਨੇ ਦੇ ਵਿੱਚ ਬਾਜ਼ਾਰ ਦੇ ਵਕਤ ਪੇਸ਼ੀ ਦਾ ਹੋਇਆ ਹਜ਼ੂਰ ਬਿਆਨ ਵਿੱਚ ਮਸੀਤ ਦੇ ਨਮਾਜ਼ ਗੁਜ਼ਾਰਦੇ ਪੀਰ ਇਮਾਮ ਹੁਸੈਨ ਸੱਜੇ ਪਾਸੇ ਤੇ ਵੰਨ ਖਲੋਤਾ ਹੈ ਜਿਹੜੇ ਪਿਆ ਲੈਂਦਾ ਜਿਵੇਂ ਬੱਚੇ ਨਾਲ ਮਾਪਿਆਂ ਦੇ ਤੇ ਕਰਦੇ ਲਾਡ ਰਿਹਾੜ ਦੇ ਖੱਬੇ ਪਾਸੇ ਇਸ਼ਾਰਾ ਸਵਾਲੀ ਨੂੰ ਕੀਤਾ ਸਵਾਲੀ ਹੱਥ ਬਣ ਕੇ ਖਲਾਈ ਵਿੱਚ ਇੰਤਜ਼ਾਰ ਦੇ ਨਬੀ ਪਾਕ ਸੱਜੇ ਸਲਾਮ ਫੇਰਿਆ ਨਿਵਾਸੇ ਨੂੰ ਵੀ ਅਵੇਦਾ ਨਾਲ ਪਿਆਰ ਦੇ ਨਬੀ ਪਾਕ ਖੱਬੇ ਸਲਾਮ ਫੇਰਿਆ ਸਵਾਲੀ ਨਜ਼ਰੀ ਆਇਆ ਠੱਡੇ ਸਾਹ ਤੇ ਜ਼ਾਰ ਜ਼ਾਰ ਪਿਆ ਰੋਂਦਾ ਜੀਵੇ ਵਿੱਚੋਂ ਬਦਲਾਂ ਦੀ ਉਮੀਆਂ ਤੇ ਵਸਦੇ ਮੀਂਹ ਫੁਹਾਰ ਦੇ ਨਬੀ ਪਾਕ ਫਰਮਾਇਆ ਰਾਹ ਮੁੜ ਕੇ ਆਇਆ ਏ ਸਿੱਖ ਸੋ ਮੇਰੇ ਸੱਚੇ ਨੀ ਸਮਝੇ ਬੋਲ ਇਤਬਾਰ ਦੇ ਇਮਾਮ ਹੁਸੈਨ ਨਾਲ ਕੀਤੀ ਏ ਨਾਨਾ ਸਾਈ ਇਸ ਨੂੰ ਮੈਂ ਰਲਾ ਕੇ ਆਂਦਾ ਏ ਰੋ ਕੇ ਵਗਿਆ ਜਾਂਦਾ ਤੇ ਸਾਡੇ ਵਿੱਚੋਂ ਮਦੀਨੇ ਦੇ ਸ਼ਹਿਰ ਦੇ ਇਮਾਮ ਹੁਸੈਨ ਨਾਲ ਕੀਤੀ ਏ ਨਾਨਾ ਸਾਈ ਔਲਾਦ ਦੀ ਔਲਾ ਸਵਾਲੀ ਨੂੰ ਇਹ ਦਰਵਾਜ਼ੇ ਤੱਕ ਕੀ ਆਇਆ ਹੈ ਅਸਾਂ ਸਖੀਆਂ ਦੇ ਨੇਕ ਦਰਬਾਰ ਦੇ ਨਬੀ ਪਾਕ ਫਰਮਾਇਆ ਇਹ ਦੇ ਲਿਖੇ ਦੇ ਵਿੱਚ ਔਲਾਦ ਨਾ ਕਾਈ ਤਖਤੀ ਲੋ ਮਹਫੂਦ ਦੀ ਖਾਲੀ ਡਿੱਠੀ ਏ ਤੋੜੂ ਅਮਾਰੇ ਪਾਕ ਪਰਵਰ ਦੀ ਗਾਰ ਦੇ ਇਮਾਮ ਹੁਸੈਨ ਨਾਲ ਕੀਤੀ ਏ ਨਾਨਾ ਸਾਈ ਜੇ ਕਦੀ ਇਹ ਦੇ ਲਿਖੇ ਦੇ ਵਿੱਚ ਔਲਾਦ ਹੁੰਦੀ ਘਰ ਬੈਠੇ ਨੂੰ ਡੀ ਜ਼ਰੂਰ ਜਾਂਦੀ ਉਹ ਰਲਮੇ ਕਿਉਂ ਕੱਢ ਕੇ ਆਉਂਦਾ ਪਦ ਸਫਾਰ ਦੇ ਅੱਜ ਦਰਵਾਜ਼ੇ ਦੇ ਉੱਤੋਂ ਖਾਲੀ ਗਿਆ ਹੱਡ ਸਵਾਲੀ ਲੋਕ ਤਾਂ ਮਿਹਣੇ ਦੇ ਸੇਣ ਗਿੱਲੇ ਟੁਰ ਪਵਣੇ ਨੇ ਵਿੱਚ ਕੁਫਾਰ ਦੇ ਨਬੀ ਪਾਕ ਫਰਮਾਇਆ ਤੂੰ ਮੰਗ ਦੁਆ ਬਚਿਆ ਮੈਂ ਆਮੀ ਨਾਨਾ ਸਵਾਲ ਪੂਰੀ ਉਹ ਸੇਣ ਤੇ ਸਵਾਲੀ ਤਲਾ ਬਗਾਰ ਦੇ ਨਬੀ ਪਾਕ ਫਰਮਾਇਆ ਤੂੰ ਆਸ਼ੇ ਕੱਲਾ ਮਸ਼ੂਕ ਦੇ ਰਾਹ ਤੇ ਯਾਰ ਨੂੰ ਆਖਣੇ ਮੰਨਣੇ ਪੰਮਦੇ ਨਾ ਆਪਣੇ ਯਾਰ ਦੇ ਲੱਜੀ ਪਿਆ ਇਲਾਜ ਪਲੇਂਦਾ ਵਾਹ 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 ਛੋਰ ਵਾਹ 9 ਵਜੇ ਕ੍ਰਿਕਟ ਦਾ ਮੈਚ ਓਏ ਲੱਜੀ ਵੀ ਓਏ ਪਿਆ ਵੀ ਓਏ ਇਲਾਜ ਪਲੇਂਦਾ ਜੀ ਸਿਆਲ ਜੇ ਜਿੰਦਾ ਰੱਖ
ਯਾਦ ਲਾਣੂਆ ਜਿਵੇਂ ਮੈਨੂੰ ਆਸਰਾਇਆ ਬਾਗ ਪਰਵਾਰ ਦਾ ਸ਼ਾਮ ਜਗਾ ਯਾਦੀ ਆਈ ਲਗਾਈ ਸ਼ਾਗ ਲਾਈ ਨੂਆ ਜਿਉ ਜਿਉ ਅਨਸ਼ੀਨ ਦਾ ਗਵਾਫ ਕੀਤਾਈ ਜਲਵਾ ਵੀ ਯਾਰ ਯਾਰ ਖਦਾਵਾ ਆਪਣੀ ਆਈ ਨੂਰ ਜੋ ਨੂਰ ਜ਼ਾਹਿਰ ਕੀਤਾ ਯਾਰ ਸੁਣ ਵੀ ਬਾਗ ਸਰਵਾਰ ਦਾ ਨਬੀ ਦੇ ਨੂਰ ਵੀ ਵਾਏ ਜ਼ਹੂਰ ਦਾ ਆਉਂਦਾ ਕੀ ਵਜ੍ਹਾ ਤੂੰ ਫੁੱਟੇ ਨਾ ਵੀ ਵਾਏ ਜ਼ਮੀਨ ਆਂਦੀ ਨਾ ਸਮਾਨ ਦਾ ਨਾ ਗੋਹੀ ਖੁੱਲਦਾ ਪਿਆ ਦੁਨਾਰ ਨਾ ਨਬੀ ਦਾ ਨੂਰ ਵੀ ਵਾਏ ਜ਼ਹੂਰ ਦਾ ਆਉਂਦਾ ਨਾ ਗਲਾਮ ਆਉਂਦੀ ਨਾ ਸਿਆਹੀ ਆਉਂਦੀ ਨਾ ਵੀ ਆਏ ਕੋਈ ਚੱਲਦਾ ਨਬੀ ਦਾ ਨੂਰ ਸਹੂਲ ਨਾ ਆਉਂਦਾ ਨਾ ਨੂਰੀ ਨਾਰੀ ਨਾ ਆਪ ਖਾਬੀ ਨਾ ਕੋਈ ਜਿਗਰ ਸਬਾਬ ਦੀ ਬਣਦਾ ਨਬੀ ਦਾ ਨੂਰ ਸਹੂਰ ਨਾ ਆਉਂਦਾ ਨਾ ਸੁਬਾ ਨਾ ਸ਼ਾਮ ਨਾ ਚੰਨ ਨਾ ਤਾਰੇ ਤੇ ਨਾ ਸ਼ਮਾ ਦਾ ਦੇ ਉਭਰਦਾ ਨਬੀ ਦਾ ਨੂਰ ਸਹੂਰ ਨਾ ਹੁੰਦਾ ਨਾ ਅੱਗ ਨਾ ਪਾਣੀ ਨਾ ਦਰਿਆਵਾਂ ਦੇ ਉੱਤੇ ਹੁਕਮ ਚੱਲਦਾ ਪੀਰ ਖਾਜ ਖਿਦੜਦਾ ਨਬੀ ਦਾ ਨੂਰ ਸਹੂਰ ਨਾ ਹੁੰਦਾ ਨਾ ਦੀਨ ਨਾ ਮਜ਼ਹਬ ਨਾ ਕੋ ਕਲਮਾ ਨਬੀ ਪਾਕ ਮੁਹੰਮਦ ਦਾ ਵਰਦਾ ਨਬੀ ਦਾ ਨੂਰ ਸਹੂਰ ਨਾ ਹੁੰਦਾ ਨਾ ਅੰਮਾ ਹਾਵਾ ਨਾ ਬਾਵਾ ਆਦਮ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਯੂਸੇਬ ਨਾ ਜ਼ੁਲੇਖਾ ਤੇ ਨਾ ਕੋਈ ਸ਼ੇਰ ਹੁੰਦਾ ਕਿ ਨਾਨ ਮਿਸਰਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਨਰ ਨਾ ਮਾਦੀ ਨਾ ਤੂਫਾਨ ਨਾ ਕਿਸ਼ਤੀ ਨਾ ਬੇੜਾ ਹਜ਼ਰਤ ਨੂੰ ਨਬੀ ਦਾ ਤੇ ਨਾਲ ਫਜ਼ਲ ਦੇ ਤਰਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਖਾਨਾ ਕਾਬਾ ਨਾ ਮਸਜਿਦ ਅਕਸਾ ਨਾ ਹਜ਼ਰਤ ਮੂਸਾ ਕਤੂਰ ਪਹਾੜ ਤੇ ਚੜਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਤੁਰੇਤ ਅੰਜੀਲ ਜ਼ਬੂਰ ਤੇ ਨਾ ਹੀ ਪਾ ਕੁਰਾਨ ਉਤਰਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਅਬਲੀਸ ਲਹੀਨ ਜਿਹੜਾ ਸਿਰ ਦੇ ਉੱਤੇ ਤੇ ਬਾਹਰਲਾ ਨੱਥ ਦੇ ਦਰਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਦਾਨੂ ਦੇ ਨਾ ਪਰੀਆਂ ਨਾ ਤਖਤ ਹਜ਼ਰਤ ਸੁਲੇਮਾਨ ਦਾ ਸੈਲ ਹਵਾ ਤੇ ਕਰਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਹੂਰਾ ਨਾ ਮਲੇਕ ਨਾ ਦੋਜ਼ਖ ਨਾ ਬੇਸ਼ਤ ਨਾ ਕੋਈ ਬਰਕ ਦੇਂਦਾ ਜਾਮ ਕੋ ਸਰਦਾ ਨਬੀ ਦਾ ਨੂਰ ਜ਼ਹੂਰ ਨਾ ਹੁੰਦਾ ਨਾ ਨਮਰੂਦ ਫਿਰੌਨ ਸ਼ਦਾਦ ਹੁੰਦੇ ਨਾ ਹਜ਼ਰਤ ਨੂਹ ਦਾ ਪੁੱਤਰ ਕਿਨਾਰ ਤੇ ਵਿਦ ਤੂਫਾਨ ਨਿਗਰਦਾ ਸੋਹਣੇ ਨਬੀ ਦੇ ਨੂਰ ਜ਼ਹੂਰ ਵਿੱਚ
ਵਿੱਚੋਂ ਨੂਰ ਉਹਨ ਸਨ ਹੁਸੈਨ ਇਮਾਮ ਸੋਹਣੇ ਜਿਨ੍ਹਾਂ ਨਾਂ ਰੋਸ਼ਨ ਕੀਤਾ ਅੰਮੜੀ ਸੈਣ ਬਤੂਲ ਤੇ ਬਾਪ ਹਜ਼ਰਾ ਤੈਲੀ ਸ਼ੇਰ ਹੈ ਦਰ ਦਾ ਜੇ ਕੋਈ ਸਖੀਆਂ ਦੇ ਦਰ ਤੇ ਜਾਵੇ ਆ ਸਵਾਲੀ ਉਹ ਕਦੀ ਨਾ ਮੁੜਦਾ ਖਾਲੀ ਜੋਲੀ ਦੇ ਵਿੱਚ ਗੱਤੇ ਨੇ ਖੈਰ ਮਿਹਰ ਦਾ ਜ਼ਿਕਰ ਰਾਇਬ ਸਵਾਲੀ ਦਾ ਜਿਸ ਦੀ ਪਾਰੂ ਸਖੀ ਹੁਸੈਨ ਦਾ ਮਨਾਂ ਨੇ ਨਬੀ ਪਾਕ ਮੁਹੰਮਦ ਦਾ ਇਹ ਫੜਦਾ ਇਮਾਮ ਹੁਸੈਨ ਅਰਜ਼ ਕੀਤੀ ਨਾਨਾ ਸਾਈ ਔਲਾਦ ਦੇ ਵੀ ਲਾ ਸਵਾਲੀ ਨੂੰ ਸਾਡੇ ਦਰ ਤੋਂ ਖਾਲੀ ਨਾ ਜਾਵੇ ਰਾਹ ਉਜ਼ਰਦਾ ਨਬੀ ਪਾਕ ਫਰਮਾਇਆ ਤੂੰ ਆਸ਼ਿਕ ਲਾ ਮਸ਼ੂਕ ਤੇਰਾ ਤੇ ਰਾਤ ਦੋਹਾਂ ਦਾ ਪਿਆਰ ਰਲਦਾ ਆਸ਼ਿਕ ਮਸ਼ੂਕ ਦਾ ਗੜ ਇੱਕੋ ਹੁੰਦਾ ਹੈ ਵਿੱਚ ਥੋੜਾ ਜਿਹਾ ਹੁਨਰ ਦਾ ਹੈ ਪਰਦਾ ਨਬੀ ਪਾਕ ਫਰਮਾਇਆ ਆਸ਼ਿਕ ਤਾਂ ਬੱਚਿਆ ਉਸ ਨੂੰ ਆ ਦੇਣ ਜਿਹੜਾ ਮਾਈ ਦੇ ਸ਼ੀਰ ਨੂੰ ਮੂੰਹ ਨਾ ਲਾਵੀ ਉਹ ਜਦੋਂ ਚੰਨ ਮਾਹ ਰਮਜ਼ਾਨ ਦਾ ਏ ਚੜਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਬੱਚਿਆ ਉਸ ਨੂੰ ਆ ਦੇ ਜਿਹੜਾ ਸਵਾਰ ਹੋਵੇ ਨਬੀਆਂ ਦੀ ਪਾਕ ਮੁਹਰ ਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਬੱਚਿਆ ਉਸ ਨੂੰ ਆ ਦੇਣ ਜਿੰਦੇ ਪਿਗੂੜੇ ਨੂੰ ਜੇਬ ਰਹੀਲ ਦੇਵੇ ਲੋਰੀਆਂ ਤੇ ਮੂੰਹ ਪਾਕ ਦਰੂਦ ਨੂੰ ਪੜਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਬੱਚਿਆ ਉਸ ਨੂੰ ਆ ਦੇ ਜਿਹੜਾ ਛੋੜ ਦੇਵੇ ਵਤਨ ਪਿਆਰਾ ਤੇ ਹੁਕਮ ਮੰਨ ਕੇ ਯਾਰ ਦੇ ਉਸ ਅਮਰ ਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਤਾਂ ਬੱਚਿਆ ਉਸ ਨੂੰ ਆ ਦੇ ਜਿਹੜਾ ਭੁੱਖ ਪਿਆਸ ਜਾਲੇ ਵਿੱਚ ਪਰਦੇਸ ਦੇ ਸਿਰ ਦੇ ਉੱਤੇ ਚਾਲੇ ਬਾਰ ਸਬਰ ਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਤਾਂ ਬੱਚਿਆ ਉਸ ਨੂੰ ਆ ਦੇ ਜਿਹਦੇ ਜਵਾਨ ਪੁੱਤਰ ਲਾਂਦੀ ਪਈ ਮਾਸ ਦੇਰੇ ਲਾ ਕੇ ਸਵਣ ਉੱਤੇ ਤੱਤੀ ਰੇਤ ਦੇ ਬਾਪ ਵਿਜੂ ਸੀਨੇ ਦੇ ਬਰਛੀ ਦਾ ਫਲ ਛਕੇਂਦਾ ਤੇ ਮੂੰਹ ਪੜ ਕੇ ਅੱਲਾ ਹਮਦ ਸ਼ੁਕਰ ਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਬੱਚਿਆ ਉਸ ਨੂੰ ਆ ਦੇਣ ਜਿਹੜਾ ਤਲੀਆਂ ਦੇ ਉੱਤੇ ਦੇਵੇ ਫਰਜ਼ੰਦ ਕੁਰਬਾਨੀ ਹੱਥੀ ਮਾਲਕ ਦੀ ਹੋਵੇ ਮਿਜ਼ਾਨ ਤਰਕੜ ਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਬੱਚਿਆ ਉਸ ਨੂੰ ਆ ਦੇ ਜਿਹੜਾ ਬਹੱਤਰ ਤਨ ਸ਼ਹੀਦ ਕਰਾ ਤੇ ਪੜੇ ਨਿਮਾਜ਼ ਖੁਦਾ ਦੀ ਉਹ ਭਾਵੇਂ ਉੱਤੋਂ ਪਿਆ ਚੱਲੇ ਵਾਰ ਖੰਜਰ ਦਾ ਨਬੀ ਪਾਕ ਫਰਮਾਇਆ ਮੋੜਾ ਸ਼ੇਖ ਤਾਂ ਬੱਚਿਆ ਉਸ ਨੂੰ ਆ ਦੇ ਜਿਹਦਾ ਸੀਸ ਮੁਬਾਰਕ ਉੱਤੇ ਨੇਜ਼ੇ ਦੀ ਨੋਕ ਤੇ ਉਹ ਜਾਵੇ ਪਾਕ ਕੁਰਾਨ ਨੂੰ ਪੜਦਾ ਨਬੀ ਪਾਕ ਫਰਮਾਏ ਸਾਰੀਆਂ ਸਿਫਤਾਂ ਬੱਚਿਆ ਵਿੱਚ ਤੇਰੇ ਹੋਈਆਂ ਤਾਂ ਹੀ ਵਿੱਚ ਆਸ਼ਕਾਂ ਦੇ ਅੱਲਾ ਤੈਨੂੰ ਉੱਚਾ ਦਿੱਤਾ ਹੈ ਸ਼ਾਨ ਕਦਰ ਦਾ ਤੋ ਸਿਰ ਦੇ ਕੇ ਆਪਣਾ ਰੁੱਠ ਲੈਣਾ ਯਾਰ ਮਨਾ ਤੇ ਤਾਂ ਹੀ ਹਰ ਤੂੰ ਪਹਿਲੇ ਜਾਣਾ ਹੈ ਤਰਦਾ ਨਬੀ ਪਾਕ ਫਰਮਾਇਆ ਹੈ ਆ ਕਿਵੇਂ
ਪੰਜ ਦਹਾਨ ਦੀ ਵਿਖਾਈ ਜਿਹੜੇ ਮੇਰੇ ਮੰਗ ਬਚੜੀ ਉਹ ਮੂੰਹ ਕੀਤੇ ਸਤ ਬੁਲਾਰੇ
ਜਿਬਰਾਇਲ ਹਾਜ਼ਰਾਨ ਕਿ ਹੋਇਆ ਅੱਲਾਹ ਦੇ ਲਿਖੀ ਹੋਏ ਖਤ ਸੋਹਣੇ ਨਬੀ ਦੇ ਅਗਵਾਨ ਖਿਲਾਰੇ ਆਦਾ ਯਾ ਹਜ਼ਰਤ ਅੱਲਾਹ ਖੁਦ ਫਰਮਾਇਆ ਹੈ ਪੀਰ ਇਮਾਮ ਹੁਸੈਨ ਤਾਂ ਸੱਤ ਮੰਗਿਆ ਕਦੀ ਸੱਤੇ ਵਿੱਚ ਮੰਗਦੇ ਮੈਂ ਪੂਰੇ ਕਰ ਵੀ ਖੈਂਦੋ ਮਚਾ ਸਾਰੇ ਇਹ ਤਾਂ ਲਿਖੀ ਹੋਇਆ ਹੈ ਜ਼ਬਾਨ ਪੀਰ ਇਮਾਮ ਹੁਸੈਨ ਦੀ ਤੇ ਹੱਥੀ ਆਪਣੇ ਨਾਵੇਂ ਮੈਂ ਉੱਤੇ ਦਫ਼ਤਰ ਦੇ ਚਾੜੇ ਤੇ ਕਿਹੜੇ ਨੇਕ ਨਸੀਬੇ ਰਾਹਬ ਸਵਾਲੀ ਦੇ ਆ ਬਾਬਾ